पंजाब विधानसभा के विरोधी लीडर सुखपाल सिंह खेरा सुसाइड करने वाले किसान मेजर सिंह के गांव तेड़ा कला गए और पारिवारिक सदस्यों से मुलाकात की और परिवार को हौसला दिया पत्रकारों से बातचीत करते हुए उन्होंने कहा कि बहुत दुखदायी घटना के परिवार को परमात्मा दुख की घड़ी में हौसला दे उन्होंने कहा कि सुसाइड नोट में मरने वाले ने जो नाम लिया है जो दोषी है उन पर कार्रवाई होनी चाहिए और पारिवारिक मेंबर को नौकरी दी जानी चाहिए उन्होंने कहा कि चुनाव से पहले कैप्टन सरकार ने लोगों से वादा किया था कि वह किसानों के कर्जे माफ करेगी और आज जो ये मौत हुई है ये कैप्टन सरकार के लिए शर्म की बात है उन्होंने कहा की कप्तान सरकार ने कर्जा माफी के लिए लोगो ऐसी फार्म तक भरवा लिए गए हैं और राज्य की जनता को झूठे सपने दिखाए गए हैं जो अब किसानों की खुदकुशी के रूप में सामने आ रहे हैं अमृतसर ऐसी ललित शर्मा ਦੇਖੋ ਬਹੁਤ ਦੁੱਖ ਦੀ ਗੱਲ ਹੈ ਕਿ ਅਸੀਂ ਸਾਰੇ ਸਾਡੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਕਾਰਕੋਨ ਔਰ ਪਿੰਡ ਦੇ ਲੋਕ ਸਾਰੇ ਅਸੀਂ ਇਸ ਵਕਤ ਤੇੜਾ ਕਲਾ ਪਿੰਡ ਅਜਨਾਲਾ ਸਬਡਿਵੀਜ਼ਨ ਵਿੱਚ ਕੇ ਪਹੁੰਚੇ ਹੋਏ ਆਂ ਔਰ ਮੇਜਰ ਸਿੰਘ ਜਿਸ ਨੇ ਕੱਲ ਆਤਮ ਹੱਤਿਆ ਕੀਤੀ ਆ ਉਹਦਾ ਅੰਤਮ ਸੰਸਕਾਰ ਹਲੇ ਹੁਣੇ ਖਤਮ ਹੋਇਆ ਹੀ ਆ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਏ ਆ ਅਸੀਂ ਔਰ ਉਹਨਾਂ ਦਾ ਮੈਂ ਸੂਸਾਈਡ ਨੋਟ ਪੜਿਆ ਵਾ ਜਿਸ ਵਿੱਚ ਮੇਜਰ ਸਿੰਘ ਨੇ ਕੈਟੇਗੋਰਿਕਲੀ ਕਿਹਾ ਵਾ ਕਿ ਮੈਂ ਇਲੈਕਸ਼ਨਸ ਵਿੱਚ ਕਾਂਗਰਸ ਦੇ ਜੋ ਉਹਨਾਂ ਨੇ ਵਾਅਦਾ ਕੀਤਾ ਸੀਗਾ ਕਰਜ਼ਾ ਮਾਫੀ ਦਾ ਉਸ ਵਾਅਦੇ ਨੂੰ ਮੁੱਖ ਰੱਖ ਕੇ ਅਸੀਂ ਸਾਰਿਆਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਸੀਗੀਆਂ ਔਰ ਅੱਜ ਉਹਨੇ ਆਪਣੀ ਨਮੋਸ਼ੀ ਜ਼ਾਹਰ ਕੀਤੀ ਕਿ ਮੈਨੂੰ ਬਹੁਤ ਇੱਕ ਕਿਸਮ ਦਾ ਮਾਇੂਸੀ ਦੇ ਵਿੱਚ ਮੈਂ ਖੁਦਕੁਸ਼ੀ ਕਰ ਰਿਹਾ ਹਾਂ ਕਿ ਜਿਹੜਾ ਵਾਅਦਾ ਕੀਤਾ ਸੀਗਾ ਕਾਂਗਰਸ ਗਵਰਨਮੈਂਟ ਨੇ ਬਲਕਿ ਕੈਪਟਨ ਸਾਹਿਬ ਦਾ ਕੱਲਾ ਕੈਪਟਨ ਲਫ਼ਜ਼ ਵਿੱਚ ਸੁਸਾਇਟੀ ਦੇ ਨੋਟ ਦੇ ਵਿੱਚ ਕਿ ਮੈਂ ਉਹਨਾਂ ਤੋਂ ਨਿਰਾਸ਼ ਹੋ ਕੇ ਮੈਂ ਆਪਣੀ ਜਾਨ ਦੇ ਰਿਹਾ ਵਾਂ ਕਿ ਉਹ ਕਾਂਗਰਸ ਨੇ ਇਸ ਸਰਕਾਰ ਨੇ ਆਪਣੇ ਵਾਦਾ ਕਰਜ਼ਾ ਮਾਫੀ ਦਾ ਪੂਰਾ ਨਹੀਂ ਕੀਤਾ ਹੁਣ ਇਥੋਂ ਦੋ ਤਿੰਨ ਗੱਲਾਂ ਬੜੀਆਂ ਸਾਫ਼ ਸਪਸ਼ਟ ਹੁੰਦੀਆਂ ਨੇ ਕਿ ਇੱਕ ਤਾਂ ਕਿ ਜਿਹੜਾ ਇਹ ਡੈਟ ਵੇਵਰ ਪੰਜਾਬ ਵਿਧਾਨ ਸਭਾ ਦੇ ਵਿੱਚ ਐਲਾਨਿਆ ਗਿਆ ਉਹ ਮਹਿਜ਼ ਇੱਕ ਡਰਾਮਾ ਸੀਗਾ ਅਸੀਂ ਬਹੁਤ ਧੇਰ ਤੋਂ ਕਹਿ ਰਹੇ ਹਾਂ ਕਿਉਂਕਿ ਕਰਜ਼ਾ ਹੈਗਾ ਬਹੁਤ ਭਾਰੀ ਕਰਜ਼ਾ ਕਿਸਾਨਾਂ ਤੇ ਇਸ ਵਕਤ ਜੇ ਆਪਾਂ ਉਸ ਨੂੰ ਸਹੀ ਕੈਲਕੂਲੇਟ ਕਰੀਏ ਕੋਆਪਰੇਟਿਵ ਬੈਂਕਸ ਦਾ ਨੈਸ਼ਨਲਾਈਜ਼ਡ ਬੈਂਕ ਅਤੇ ਆੜਤੀਆਂ ਦਾ ਇਹ ਲਗਭਗ 1 ਲੱਖ ਕਰੋੜ ਦੇ ਲਾਗੇ ਕਰਜ਼ਾ ਹੁਣ ਕਰਜ਼ਾ ਮਾਫੀ ਸਰਕਾਰ ਕਹਿ ਰਹੀ ਕਿ ਅਸੀਂ 1500 ਕਰੋੜ ਰੁਪਇਆ ਰੱਖ ਲਿਆ ਜਿਹੜਾ ਕਿ ਇੱਕ ਮਹਿਜ਼ 1.5% ਦੀ ਹੈ ਔਰ ਫਿਰ ਸ਼ਰਤਾਂ ਲਾਉਣੀਆਂ ਸ਼ੁਰੂ ਕਰਦੇ ਪਹਿਲਾਂ ਕੈਪਟਨ ਸਾਹਿਬ ਦਾ ਬਿਆਨ ਤੁਸੀਂ ਪੜ ਲਓ ਵੀਡੀਓ ਸੁਣ ਲਓ ਮੈਂ ਕੁੱਲ ਕਰਜ਼ਾ ਮਾਫ ਕਰੂੰਗਾ ਕੋਆਪਰੇਟਿਵ ਬੈਂਕਸ ਦਾ ਨੈਸ਼ਨਲਾਈਜ਼ ਬੈਂਕਾਂ ਦਾ ਅਤੇ ਆੜਤੀਆਂ ਦਾ ਔਰ ਹੁਣ ਉਹ ਕਹਿ ਰਹੇ ਨੇ ਜਿਹੜਾ ਉਹਨਾਂ ਨੇ ਕਿਹਾ ਇੱਕ ਬਹੁਤ ਮੈਂ ਸਮਝਦਾ ਕਿ ਕੁਝਾ ਮਜ਼ਾਕ ਕੀਤਾ ਲੋਕਾਂ ਦੇ ਨਾਲ ਹੁਣ ਉਹ ਕਹਿੰਦੇ ਨੇ ਕਿ ਅਸੀਂ 5 ਏਕੜ ਤੋਂ ਥੱਲੇ ਦੇ ਕਿਸਾਨ ਦੇ ਅਤੇ ਉਹ ਉਹਦੇ ਵਿੱਚ ਵੀ 2 ਲੱਖ ਰੁਪਏ ਤੋਂ ਜ਼ਿਆਦਾ ਰਾਸ਼ੀ ਨਹੀਂ ਦੇ ਸਕਦੇ ਸੋ ਜਿਹੜਾ ਇਹ ਮੈਂ ਸਮਝਦਾ ਕਿ ਪੰਜਾਬ ਦੇ ਵੋਟਰਾਂ ਦੇ ਨਾਲ ਤੋਖਾ ਔਰ ਤੋਖੇ ਦਾ ਨਤੀਜਾ ਅੱਜ ਆ ਗਿਆ ਜੋ ਇਹ ਮੇਜਰ ਸਿੰਘ ਨੇ ਆਪਣੇ ਨੋਟ ਵਿੱਚ ਲਿਖਿਆ ਇਹ ਇੱਕ ਵੋਟਰ ਬੋਲ ਰਿਹਾ ਜਿਨ੍ਹਾਂ ਨੇ ਫਾਰਮ ਭਰਾਏ ਕਾਂਗਰਸ ਨੇ ਉਹ ਇੱਕ ਵੋਟਰ ਬੋਲ ਰਿਹਾ ਵਾ ਕਿ ਮੇਰੇ ਨਾਲ ਵੈਦਾਂ ਖਿਲਾਫੀ ਹੋਈ ਹੈ ਇਹਦੇ ਨਾਲੋਂ ਜ਼ਿਆਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਲਈ ਕਾਂਗਰਸ ਤੇ ਗਵਰਨਮੈਂਟ ਲਈ ਇਹਦੇ ਨਾਲ ਵੱਡੀ ਚਪੇੜ ਨਹੀਂ ਹੋ ਸਕਦੀ ਅਗਰ ਅਗਰ ਸਰਕਾਰ ਇਸ ਗੱਲ ਨੂੰ ਸੀਰੀਅਸਲੀ ਲਵੇ ਤਾਂ ਇਹਦੇ ਨਾਲ ਵੱਡਾ ਉਲਾਮਾ ਇਹਦੇ ਨਾਲ ਵੱਡੀ ਬੇਇਜ਼ਤੀ ਇਹਦੇ ਨਾਲ ਵੱਡਾ ਇੱਕ ਮੈਂ ਸਮਝਦਾ ਕਿ ਪੰਜਾਬ ਦੇ ਆਮ ਸਧਾਰਨ ਕਿਸਾਨ ਇਹਦੇ ਨਾਲ ਵੱਡਾ ਉਹ ਇਹਨਾਂ ਨੂੰ ਇੱਕ ਛੇੜ ਨਹੀਂ ਕਰ ਸਕਦੇ ਕੋਈ ਵੀ ਸੋ ਸਾਨੂੰ ਪਹਿਲਾਂ ਤਾਂ ਦੁੱਖ ਹੈ ਬਹੁਤ ਜ਼ਿਆਦਾ ਮੇਜਰ ਸਿੰਘ ਜੀ ਦੇ ਪਰਿਵਾਰ ਦੇ ਨਾਲ ਉਹਨਾਂ ਨਾਲ ਹਮਦਰਦੀ ਹੈ ਉਹਨਾਂ ਦੇ ਬੱਚਿਆਂ ਨਾਲ ਉਹਨਾਂ ਦੇ ਮਾਪਿਆਂ ਨਾਲ ਪਿੰਡ ਨਗਰ ਨਿਵਾਸੀਆਂ ਨਾਲ ਪੰਜਾਬ ਦੇ ਕਿਸਾਨਾਂ ਨਾਲ ਔਰ ਸਾਡੀ ਹੁਣ ਮੰਗ ਇਹ ਆ ਦੇਖੋ ਜੋ ਕਾਨੂੰਨ ਸਭ ਲਈ ਲਾਗੂ ਆ ਜਦੋਂ ਕੋਈ ਸੁਸਾਈਡ ਨੋਟ ਛੱਡ ਕੇ ਜਾਂਦਾ ਤਾਂ ਅਬੈਟਮੈਂਟ ਟੂ ਸੁਸਾਈਡ ਜਿਹਨਾਂ ਲੋਕਾਂ ਦੇ ਨਾਮ ਉਸ ਨੋਟ ਦੇ ਵਿੱਚ ਹੁੰਦੇ ਨੇ ਉਹਨਾਂ ਦੇ ਉੱਤੇ ਕੇਸ ਰਜਿਸਟਰ ਕਰਦੀ ਪੁਲਿਸ ਅਸੂਲਨ ਤਾਂ ਬਣਦਾ ਹੁਣ ਕੈਪਟਨ ਸਾਹਿਬ ਦੇ ਉੱਤੇ ਕੇਸ ਉਹਨਾਂ ਨੇ ਉਹਨਾਂ ਨੇ ਸ਼ਬਦ ਕੈਪਟਨ ਵੀ ਲਿਖਿਆ ਵਾ ਤੇ ਨਾਲ ਪੰਜਾਬ ਸਰਕਾਰ ਵੀ ਲਿਖਿਆ ਚਲੋ ਮੈਂ ਇਸ ਕਿਸ ਦੀ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਕਿਉਂਕਿ ਇੱਕ ਪਾਸੇ ਕੈਪਟਨ ਸਾਹਿਬ ਦੇ ਮਾਤਾ ਜੀ ਦਾ ਦੇਹਾਂਤ ਹੋਇਆ ਵਾ ਸਾਨੂੰ ਵੀ ਉਹਨਾਂ ਦੁੱਖਿਆ ਉਹਨਾਂ ਦਾ ਪਰ ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਕੋਈ ਆ ਕੇ ਮୋਰੇ ਦੱਸੂਗਾ ਕਿ ਇਹ ਆਤਮ ਹੱਤਿਆਵਾਂ ਕਿਦਣ ਰੁਕਣਗੀਆਂ